ਜਿੱਦਣ ਦੀ 26 ਤਰੀਕ ਵਾਲੀ ਪਰੇਡ ਹੋਈ ਹੈ ਹਨਾ, ਨੈਗੇਟਿਵਿਟੀ ਯਾਨੀ ਕਿ ਸਪਰੈਡ ਹੋ ਰਹੀ ਹੈ ਵੀ ਉਹ ਮਾੜਾ, ਉਹ ਘਟੀਆ, ਉਹਨੇ ਆਹ ਕਰਤਾ, ਉਹਨੇ ਆਹ ਕਰਤਾ, ਹੈ ਨਾ। ਚਲੋ ਕੋਈ ਵੀ ਚੀਜ਼ ਹੁੰਦੀ ਹੈ ਨਾ, ਆਪਾਂ ਸਾਰੇ ਇਨਸਾਨ, ਆਪਾਂ ਸਾਰਿਆਂ ਤੋਂ ਗਲਤੀਆਂ ਹੁੰਦੀਆਂ, ਠੀਕ ਹੈ। ਚਲੋ ਆਪਾਂ ਕਹਿੰਦੇ ਬੰਦੇ ਨੇ ਗਲਤ ਕੀਤਾ, ਠੀਕ ਹੈ, ਚਲੋ ਜੋ ਵੀ, ਪਹਿਲੀ ਗੱਲ ਤਾਂ ਕੋਈ ਐਡੀ ਕੋਈ ਗੱਲ ਨਹੀਂ, ਜੇ ਈਵਨ ਹੋ ਵੀ ਗਈ ਤਾਂ ਆਪਾਂ ਕਹਿੰਦੇ ਵੀ ਚਲੋ ਬੁਰਾ ਹੋਇਆ, ਪਰ ਹੁਣ ਆਪਾਂ ਉਹ ਸਾਰੀਆਂ ਚੀਜ਼ਾਂ ਮੈਂ ਕਹਿੰਦਾ ਵੀ ਭੁੱਲ ਕੇ ਸਾਨੂੰ ਸਾਰਿਆਂ ਨੂੰ ਅੱਗੇ ਵਧਣਾ ਚਾਹੀਦਾ। ਹਾਂ, ਕਰਨਗੇ ਕੋਈ ਗੱਲ ਨਹੀਂ, ਉਹਨਾਂ ਨੂੰ ਆਏ ਆ ਵੀ ਮੁਰੋਂ ਅਸੀਂ ਹਿੰਸਕ ਹੋਣ, ਉਹ ਹਿੰਸਕ ਹੋ ਕੇ ਕਰਨ, ਤੇ ਉਦੋਂ ਬਾਅਦ ਇਹਨਾਂ ਦਾ ਮੀਡੀਆ ਚਲਾਵੇ ਵੀ ਆਹ ਦੇਖੋ ਜੀ ਆਹ ਉਹਦਾ ਕਿਸਾਨ ਤਾਂ ਹਿੰਸਕ ਨੇ, ਉਹ ਤਾਂ ਅੱਜ ਵੀ ਉਹ ਇੱਕ ਬੋਲੀ ਵਾਲਾ ਚੈਨਲ ਜਿਹੜਾ ਉਹ ਤਲਵਾਰਾਂ ਚੱਕੀ ਫਿਰਦੇ ਨੇ ਜੀ, ਉਹ ਆਹ ਚੱਕੀ ਫਿਰਦੇ ਨੇ ਜੀ, ਹਥਿਆਰ ਚੱਕੀ ਫਿਰਦੇ ਨੇ, ਤਾਂ ਕਿ ਮਾਹੌਲ ਬਣਾ ਕੇ ਉਹੋ ਜਿਹਾ ਮੁੜ ਕੇ ਫਿਰ ਸੁਪਰੀਮ ਕੋਰਟ ਦਾ ਸਹਾਰਾ ਲੈ ਕੇ ਇਹ ਆਪਾਂ ਨੂੰ ਖਦੇੜਨ ਦੀ ਕੋਸ਼ਿਸ਼ ਕਰਨਗੇ। ਆਪਾਂ ਸ਼ਾਂਤਮਈ ਰਹਿਣਾ, ਕੋਈ ਗੱਲ ਨਹੀਂ, ਐਨ ਸੰਜਮ ਦੇ ਨਾਲ, ਸ਼ਾਂਤਮਈ ਦੇ ਨਾਲ, ਸ਼ਾਂਤ ਤਰੀਕੇ ਦੇ ਨਾਲ ਬੈਠੇ ਰਹਿਣਾ। ਦੋਸਤੋ, ਸਿੱਧੂ ਮੂਸੇਵਾਲੇ ਦੇ ਲਾਈਵ ਕਿਸਾਨੀ ਅੰਦੋਲਨ ਨੂੰ ਸਪੋਰਟ ਤੋਂ ਬਾਅਦ ਲੱਖੇ ਸਿਧਾਣੇ ਨੇ ਲਾਈਵ ਹੋ ਕੇ ਦੱਸਿਆ ਸਾਰਾ ਸੱਚ, ਸ਼ੰਗੂ ਮੋਰਚੇ ਤੋਂ ਦਿੱਤੇ ਠੋਕਵੇਂ ਜਵਾਬ। ਪੂਰੀ ਖਬਰ ਜਾਣਨ ਤੋਂ ਪਹਿਲਾਂ ਜੇਕਰ ਤੁਸੀਂ ਵੀ ਸਿੱਧੂ ਵਾਂਗ ਕਿਸਾਨੀ ਅੰਦੋਲਨ ਦੀ ਸਪੋਰਟ ਕਰਦੇ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ, ਅਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ। ਜੀ ਹਾਂ ਦੋਸਤੋ, ਤੁਸੀਂ ਬਿਲਕੁਲ ਸਹੀ ਸੁਣਿਆ, ਪਿਛਲੇ ਦਿਨੀਂ ਸਿੱਧੂ ਮੂਸੇਵਾਲੇ ਨੇ 26 ਜਨਵਰੀ ਨੂੰ ਦਿੱਲੀ ਵਿੱਚ ਹੋਈ ਘਟਨਾ ਤੋਂ ਬਾਅਦ ਲਾਈਵ ਹੋ ਕੇ ਕਿਸਾਨੀ ਅੰਦੋਲਨ ਦੀ ਸਪੋਰਟ ਕੀਤੀ ਸੀ। ਇੱਥੇ ਤੱਕ ਇਸ ਮੋਰਚੇ ਵਿੱਚ ਜਿੱਥੇ ਲੱਖੇ ਸਿਧਾਣੇ ਨੂੰ ਭੜਕਾਉਣ ਦੇ ਦੋਸ਼ ਲਾ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਸੀ, ਉਸ ਤੇ ਵੀ ਸਿੱਧੂ ਨੇ ਕਿਹਾ ਕਿ ਇਹ ਸਮਾਂ ਦੋਸ਼ ਲਾਉਣ ਦਾ ਨਹੀਂ, ਸਗੋਂ ਇਕੱਠੇ ਹੋ ਕੇ ਲੜਾਈ ਲੜਨ ਦਾ ਹੈ। ਅਤੇ ਇਸ ਤੋਂ ਬਾਅਦ ਸਿੱਧੂ ਦੇ ਹੀ ਪੱਕੇ ਯਾਰਾਂ ਵਿੱਚੋਂ ਇੱਕ ਗੀਤਕਾਰ ਗਿੱਲ ਰੌਂਤਾ ਨੇ ਵੀ ਆਪਣੀ ਸੋਸ਼ਲ ਮੀਡੀਆ ਤੋਂ ਲੱਖੇ ਸਿਧਾਣੇ ਦੀ ਠੋਕ ਕੇ ਸਪੋਰਟ ਕੀਤੀ। ਗਿੱਲ ਰੌਂਤੇ ਨੇ ਕਿਹਾ ਕਿ ਉਹ ਪਿਛਲੇ 2 ਮਹੀਨੇ ਤੋਂ ਲੱਖੇ ਸਿਧਾਣੇ ਦੇ ਨਾਲ ਹੈ ਤੇ ਇੱਕ ਵਾਰ ਵੀ ਲੱਖੇ ਦੁਆਰਾ ਨੌਜਵਾਨਾਂ ਨੂੰ ਭੜਕਾਉਣ ਵਾਲੀ ਕੋਈ ਵੀ ਗੱਲ ਨਹੀਂ ਕੀਤੀ। ਤੇ ਜਦੋਂ ਦੀ 26 ਤਰੀਕ ਵਾਲੀ ਪਰੇਡ ਹੋਈ ਹੈ ਹਨਾ, ਨੈਗੇਟਿਵਿਟੀ ਯਾਨੀ ਕਿ ਸਪਰੈਡ ਹੋ ਰਹੀ ਹੈ ਵੀ ਉਹ ਮਾੜਾ, ਉਹ ਘਟੀਆ, ਉਹਨੇ ਆਹ ਕਰਤਾ, ਉਹਨੇ ਆਹ ਕਰਤਾ, ਹੈ ਨਾ। ਚਲੋ ਕੋਈ ਵੀ ਚੀਜ਼ ਹੁੰਦੀ ਹੈ ਨਾ, ਆਪਾਂ ਸਾਰੇ ਇਨਸਾਨ, ਆਪਾਂ ਸਾਰਿਆਂ ਤੋਂ ਗਲਤੀਆਂ ਹੁੰਦੀਆਂ, ਠੀਕ ਹੈ। ਚਲੋ ਆਪਾਂ ਕਹਿੰਦੇ ਬੰਦੇ ਨੇ ਗਲਤ ਕੀਤਾ, ਠੀਕ ਹੈ, ਚਲੋ ਜੋ ਵੀ, ਪਹਿਲੀ ਗੱਲ ਤਾਂ ਕੋਈ ਐਡੀ ਕੋਈ ਗੱਲ ਨਹੀਂ, ਜੇ ਈਵਨ ਹੋ ਵੀ ਗਈ ਤਾਂ ਆਪਾਂ ਕਹਿੰਦੇ ਵੀ ਚਲੋ ਬੁਰਾ ਹੋਇਆ, ਪਰ ਹੁਣ ਆਪਾਂ ਉਹ ਸਾਰੀਆਂ ਚੀਜ਼ਾਂ ਮੈਂ ਕਹਿੰਦਾ ਵੀ ਭੁੱਲ ਕੇ ਸਾਨੂੰ ਸਾਰਿਆਂ ਨੂੰ ਅੱਗੇ ਵਧਣਾ ਚਾਹੀਦਾ। ਇਸ ਤੋਂ ਬਾਅਦ ਹੁਣ ਲੱਖੇ ਸਿਧਾਣੇ ਨੇ ਸ਼ਿੰਗੂ ਮੋਰਚੇ ਤੋਂ ਹੀ ਲਾਈਵ ਹੋ ਕੇ ਕਿਹਾ ਕਿ ਉਹ ਕਿਤੇ ਵੀ ਭੱਜ ਕੇ ਨਹੀਂ ਗਿਆ ਤੇ ਉਸੇ ਦਿਨ ਤੋਂ ਸ਼ਿੰਗੂ ਮੋਰਚੇ ਤੇ ਹੀ ਬੈਠੇ ਹਨ। ਇੱਥੇ ਤੁਸੀਂ ਖੁਦ ਦੇਖ ਸਕਦੇ ਹੋ ਕਿ ਸਿੱਧੂ ਦੇ ਲਾਈਵ ਤੋਂ ਬਾਅਦ ਹੁਣ ਲੱਖੇ ਨੇ ਇਨਡਾਇਰੈਕਟ ਤਰੀਕੇ ਨਾਲ ਕਿਵੇਂ ਜਵਾਬ ਦਿੱਤੇ। ਵਾਰ ਜਦੋਂ ਤੁਹਾਡੇ ਨਾਲ ਗੱਲਬਾਤ ਕਰਦਾ ਤਾਂ ਮੈਂ ਇੱਕੋ ਹੀ ਗੱਲ ਤੁਹਾਨੂੰ ਕਹਿਣਾ ਹੁੰਦਾ ਕਿ ਅਫਵਾਹਾਂ 'ਚ ਨਾ ਆਓ, ਅਫਵਾਹਾਂ 'ਚ ਨਾ ਆਓ। ਅਫਵਾਹਾਂ ਦਾ ਦੌਰ ਬੜਾ ਜ਼ੋਰ ਸ਼ੋਰ ਨਾਲ ਚੱਲ ਰਿਹਾ, ਬੜੀਆਂ ਅਫਵਾਹਾਂ ਕਿ ਜੀ ਉੱਥੇ ਦੰਗੇ ਭੜਕ ਗਏ, ਹਮਲਾ ਕਰਤਾ, ਉਹ ਕਰਨਗੇ ਕੋਈ ਗੱਲ ਨਹੀਂ। ਇਹ ਬੀਜੇਪੀ ਵਾਲਿਆਂ ਦੀ ਚਾਲ ਆ, ਬੀਜੇਪੀ ਆਪਣੇ ਬੰਦੇ ਭੇਜ ਕੇ ਇੱਥੇ ਸੰਘਰਸ਼ ਦੇ ਵਿੱਚ ਬੈਠੇ ਹਾਂ। ਅੱਜ ਜਿਹੜੇ ਸਾਡੇ ਉੱਧਰ ਪਰਲੇ ਪਾਸੇ ਸਟੇਜ ਲੱਗੀ ਹੋਈ ਆ ਉਹਦੇ ਉੱਤੇ ਇਹਨਾਂ ਨੇ ਅੱਜ ਡਲੇ ਡੁਲੇ ਮਰਵਾਏ ਆ, ਕੋਈ ਗੱਲ ਨਹੀਂ। ਇਸ ਤਰ੍ਹਾਂ ਦੀਆਂ ਜਿਹੜੇ ਹੱਥਕੰਡੇ ਇਹਨਾਂ ਨੇ ਅਪਣਾਉਣੇ ਆ, ਕਿਉਂਕਿ ਹੁਣ ਇਹ ਸੈਸ਼ਨ ਵੀ ਉੱਧਰੋਂ ਚੱਲ ਪਿਆ ਅਤੇ ਇਹ ਬੀਜੇਪੀ ਚਾਹੁੰਦੀ ਆ ਕਿ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਜਾਵੇ ਤਾਂ ਕਿ ਕੋਈ ਨਾ ਕੋਈ ਬਹਾਨਾ ਅਸੀਂ ਬਣਾ ਕੇ ਅਤੇ ਸੁਪਰੀਮ ਕੋਰਟ ਦਾ ਲੈ ਕੇ ਸਹਾਰਾ, ਇਹ ਦੇਖੋ ਜੀ ਇਹ ਤਾਂ ਮਾਹੌਲ ਬਣਿਆ ਹੋਇਆ। ਤਾਂ ਉਹਦੇ ਲਈ ਇਹ ਮਾਹੌਲ ਸਾਰਾ ਤਿਆਰ ਕਰ ਰਹੇ ਨੇ। ਸੋ ਗੱਲ ਆਪਾਂ ਇਹ ਕਰਨੀ ਹੈ, ਪੰਜਾਬ ਵਾਲਿਆਂ ਨੇ ਵੀ ਕਰਨੀ ਆ ਅੱਜ ਕੱਲ੍ਹ। ਤੁਹਾਨੂੰ ਮੈਂ ਇਦੋਂ ਬਾਅਦ ਨਾ ਇੱਕ ਹੋਰ ਵੀਡੀਓ ਬਣਾ ਕੇ, ਮੈਂ 2 ਵੀਡੀਓ ਵਿੱਚ ਪਾਊਂਗਾ, ਇੱਕ ਆਹ ਅਤੇ ਇੱਕ ਹੋਰ, ਉਹ ਮੈਂ ਤੁਹਾਨੂੰ ਸਾਰਾ ਦਿਖਾਊਂਗਾ ਅੱਜ ਕਿ ਅੱਜ ਇਕੱਠ ਕਿੰਨਾ ਵਧਿਆ ਅਤੇ ਹਰਿਆਣੇ ਵਾਲੇ ਆ ਗਏ। ਦੇਖੋ ਕਮਾਲ ਦੀ ਗੱਲ, ਦੇਖੋ ਅੱਜ ਹਰਿਆਣਾ ਹੀ ਹਰਿਆਣਾ ਸਾਨੂੰ ਸਿੰਘੂ 'ਤੇ ਬੈਠੇ, ਹਰਿਆਣਾ ਹੀ ਹਰਿਆਣਾ ਨਜ਼ਰ ਆਉਂਦਾ। ਧੰਨਵਾਦ ਸਾਡੇ ਹਰਿਆਣਾ ਵਾਲੇ ਭਰਾਵਾਂ ਦਾ। ਮੈਂ ਪੰਜਾਬ ਵਾਲਿਆਂ ਨਾਲ ਗੱਲ ਕਰਨੀ ਚਾਹੁੰਦਾ ਕਿ ਪੰਜਾਬ ਵਾਲਿਓ, ਮੈਂ ਤੁਹਾਡੇ ਨਾਲ ਅੱਜ ਗੱਲ ਕਰਦਾ ਕਿ ਆਹ ਮੇਰੇ ਕੋਲ ਕਮੇਟੀ ਆ ਆਪਣੇ ਪੰਜਾਬ ਦੀ, ਜਿਹਨੂੰ ਅਸੀਂ ਸਾਰੇ ਆਪਣੀ ਮਾਂ ਕਹਿੰਦੇ ਹਾਂ। ਇਹ ਮਾਂ ਧਰਤੀ ਆ ਸਾਡੀ। ਤਾਂ ਮੈਂ ਤਾਂ ਵਾਲਿਆਂ ਨੇ ਮੇਰੇ ਬਾਰੇ ਵੀ ਕਿਹਾ ਇਹ ਤਾਂ ਜੀ ਉੱਥੋਂ ਸਿਆਸੀ ਜ਼ਮੀਨ ਤਲਾਸ਼ਦੇ ਨੇ, ਇਹ ਤਾਂ ਜੀ MLA ਬਣਨ ਨੂੰ ਫਿਰਦੇ ਨੇ, ਇਹ ਤਾਂ ਜੀ ਉੱਥੋਂ ਪਾਰਟੀ ਕੱਢਣ ਨੂੰ ਫਿਰਦੇ। ਮੈਂ ਤਾਂ ਉਦੋਂ ਹੀ ਕਹਿੰਦਾ ਹੁੰਦਾ ਸੀ, ਮੈਂ ਕਿਹਾ ਵੀ ਆਪਦੀ ਮਾਂ ਲਈ, ਆਪਦੀ ਧਰਤੀ ਮਾਂ ਦੇ ਲਈ ਲੜਨ ਚੱਲਿਆ, ਸੰਘਰਸ਼ ਕਰਨ ਚੱਲੇ ਹਾਂ। ਅਤੇ ਸੰਘਰਸ਼ ਦੇ ਵਿੱਚ ਕੀ ਹੁੰਦਾ ਹੁੰਦਾ ਤੁਹਾਨੂੰ ਪਤਾ, ਆ ਜੋ ਕੁਛ ਹੋਇਆ, ਮੁਕੱਦਮੇ ਦਰਜ ਹੋ ਗਏ, ਕੁਛ ਹੋਰ ਹੋ ਗਿਆ, ਹੈ ਨਾ, ਉਹ ਸਾਰਾ ਕੁਛ ਹੋ ਗਿਆ ਦੇਖ ਲਓ। ਜਿਹੜਿਆਂ ਨੂੰ ਉਦੋਂ ਲੱਗਦਾ ਸੀ ਕਿ ਅਸੀਂ ਤਾਂ ਅਸੀਂ ਜੇ ਸਾਡੇ ਕੋਲ ਇਹੋ ਜਿਹੀਆਂ ਸਕੀਮਾਂ ਹੁੰਦੀਆਂ ਵੀ ਅਸੀਂ ਇੱਥੋਂ ਤਾਂ ਪਾਰਟੀਆਂ ਕੱਢਣੀਆਂ ਨੇ, ਅਸੀਂ ਤਾਂ MLA ਖੜ੍ਹੇ ਹੋਣਾ ਜਾਂ ਕੱਲ੍ਹ ਨੂੰ ਕੋਈ ਹੋਰ ਗੱਲਬਾਤ ਕਰਨੀ ਆ,
ਤਾਂ ਅਸੀਂ ਇਹ ਲੜਾਈ ਨਹੀਂ ਸੀ ਪਰ ਐਂ ਅੱਗੇ ਹੋ ਕੇ ਲੜਦੇ, ਫਿਰ ਤਾਂ ਅਸੀਂ ਲੁੱਚਪਣੇ 'ਚ ਚਲਾਕੀਆਂ 'ਚ ਰਹਿਣਾ ਸੀਗਾ। ਸੋ ਗੱਲ ਮੈਂ ਕਰਨ ਲੱਗਿਆ ਸੀਗਾ ਪੰਜਾਬ ਵਾਲੇ ਤੁਹਾਡੇ ਨਾਲ ਕਿ ਧਰਤੀ ਮਾਂ, ਮੈਂ ਤੁਹਾਨੂੰ ਜਿਹੜੀ ਵੀ ਮੇਰੀ ਗੱਲ ਸੁਣੋਗੇ, ਇੱਕ ਵਾਰੀ ਨਾ ਜਮਾਂ ਇਕੱਲੇ ਇਕਾਂਤ 'ਚ ਬਹਿ ਕੇ ਆਪਣੇ ਘਰ ਬਹਿ ਜਾਓ, ਆਪਣੇ ਖੇਤ ਬਹਿ ਜਾਓ, ਅਤੇ ਇਸ ਆਪਣੀ ਧਰਤੀ ਮਾਂ ਦੇ ਉੱਤੇ ਬੈਠੇ ਨਾ ਤੁਸੀਂ ਆਪਣੀ ਮਾਂ ਨਾਲ ਕੁਛ ਗੱਲਾਂ ਕਰਿਓ, ਆਪਣੀ ਧਰਤੀ ਮਾਂ ਨੂੰ ਪੁੱਛਿਓ ਕਿ ਹੇ ਮਾਂ ਧਰਤੀਏ, ਤੇਰਾ ਦੇਣ ਨਹੀਂ ਅਸੀਂ ਦੇ ਸਕਦੇ, ਤੂੰ ਉਹ ਸਾਡੀ ਮਾਂ ਧਰਤੀ ਆ ਜਿੱਥੇ ਸਾਡੇ ਵੱਡ ਵਡੇਰਿਆਂ ਦਾ ਮੁੜਕਾ ਵੀ ਡੁੱਲਿਆ, ਸਾਡੇ ਸ਼ਹੀਦਾਂ ਦਾ ਸਾਡੇ ਯੋਧਿਆਂ ਦਾ ਖੂਨ ਵੀ ਡੁੱਲਿਆ, ਫਿਰ ਤੂੰ ਸਿੰਜਿਆ ਗਿਆ ਤੈਨੂੰ ਉਸ ਮੁੜਕੇ ਦੇ ਨਾਲ, ਉਸ ਪੰਜਾਂ ਪਾਣੀਆਂ ਦੇ ਦਰਿਆਵਾਂ ਦੇ ਪਾਣੀਆਂ ਦੇ ਨਾਲ, ਉਸ ਖੂਨ ਦੇ ਨਾਲ, ਤੇਰੀ ਮਾਂ ਧਰਤ ਕੇ ਫਿਰ ਨੀਂਹ ਮਜ਼ਬੂਤ ਹੋਈ ਆ, ਜੇ ਉਹਨਾਂ ਸ਼ਹੀਦਾਂ ਦਾ ਸਿਰ ਤੇਰੀ ਨੀਂਹ ਦੇ ਵਿੱਚ ਲੱਗੇ ਆ, ਜ਼ੋਰ ਨਾਲ ਡਟਾਂਗੇ ਤੇ ਜਿੱਤ ਕੇ ਜਾਵਾਂਗੇ, ਜਿੱਤ ਕੇ ਜਾਣਾ। ਫਿਰ ਜੇ ਕਹਿੰਦੇ ਆ ਨਾ ਵੀ ਆਪਾਂ ਜਵਾਨ ਦੇ ਵਿੱਚੋਂ ਗੱਲ ਕੱਢ ਦਿੰਦੇ ਹਾਂ, ਫਿਰ ਪੂਰੀ ਵੀ ਕਰਨੀ ਚਾਹੀਦੀ ਹੈ। ਅਤੇ ਬਾਕੀ ਕੋਈ ਹੋਰ ਗੱਲਬਾਤ? ਹਾਂ ਬਈ ਠੀਕ ਆ, ਬਸ ਆ ਜਾਓ ਪੰਜਾਬ ਵਾਲਿਆਂ ਨੂੰ ਕਹਿਤਾ ਕਲਾਕਾਰ ਹੁਣ ਮਿੱਤਰ ਆਓ ਕਰਾਂ ਇੱਥੇ, ਤੁਸੀਂ ਹਾਂ ਸਟੇਜਾਂ 'ਤੇ ਵੀ ਆ ਕੇ ਤੁਸੀਂ ਲਾਓ ਪ੍ਰੋਗਰਾਮ ਇੱਥੇ, ਅਤੇ ਉਹ ਕੋਈ ਗੱਲਬਾਤ ਨਹੀਂ, ਮੀਡੀਆ ਦਿਖਾਈ ਜਾਂਦਾ ਉੱਥੇ ਆਹ ਹੋ ਗਿਆ ਡੱਕਾ ਨਹੀਂ, ਇਹ ਕਰਨਗੇ ਹਲੇ ਇੱਕ ਦੋ ਦਿਨ ਹੋਰ ਇਹੋ ਜਿਹੀਆਂ ਹਰਕਤਾਂ ਕਰਨਗੇ, ਇਹ ਵੀ ਤੁਹਾਨੂੰ ਦੱਸ ਦਿੰਦਾ ਕਰਨਗੇ, ਇੱਕ ਦੋ ਦਿਨ ਬੰਦਾ ਹੁੰਦਾ ਬਈ, ਹਾਂ ਕਰਨਗੇ ਕੋਈ ਗੱਲ ਨਹੀਂ, ਉਹਨਾਂ ਨੂੰ ਆਏ ਆ ਵੀ ਮੁਰੋਂ ਅਸੀਂ ਹਿੰਸਕ ਹੋਣ, ਉਹ ਹਿੰਸਕ ਹੋ ਕੇ ਕਰਨ, ਅਤੇ ਉਦੋਂ ਬਾਅਦ ਇਹਨਾਂ ਮੀਡੀਆ ਚਲਾਵੇ ਵੀ ਆਹ ਦੇਖੋ ਜੀ ਆਹ ਉਹਦਾ ਕਿਸਾਨ ਤਾਂ ਹਿੰਸਕ ਨੇ, ਉਹ ਤਾਂ ਅੱਜ ਵੀ ਇੱਕ ਬੋਲੀ ਜਾਂਦਾ ਚੈਨਲ ਜਿਹੜਾ ਉਹ ਤਲਵਾਰਾਂ ਚੱਕੀ ਫਿਰਦੇ ਨੇ ਜੀ, ਉਹ ਆਹ ਚੱਕੀ ਫਿਰਦੇ ਨੇ ਜੀ, ਉੱਥੇ ਹੱਥ ਚੱਕੀ ਫਿਰਦੇ ਨੇ, ਤਾਂ ਕਿ ਮਾਹੌਲ ਬਣਾ ਕੇ ਉਹੋ ਜਿਹਾ ਮੁੜ ਕੇ ਫਿਰ ਸੁਪਰੀਮ ਕੋਰਟ ਦਾ ਸਹਾਰਾ ਲੈ ਕੇ ਇਹ ਆਪਾਂ ਨੂੰ ਖਦੇੜਨ ਦੀ ਕੋਸ਼ਿਸ਼ ਕਰਾਂਗੇ। ਆਪਾਂ ਸ਼ਾਂਤਮਈ ਰਹਿਣਾ, ਕੋਈ ਗੱਲ ਨਹੀਂ, ਐਨ ਸੰਜਮ ਦੇ ਨਾਲ ਸ਼ਾਂਤਮਈ ਦੇ ਨਾਲ ਸ਼ਾਂਤ ਤਰੀਕੇ ਨਾਲ ਬੈਠੇ ਰਹਿਣਾ, ਪੂਰੇ ਜਾਬਤੇ ਸਬਰ ਦੇ ਵਿੱਚ ਰਹਿਣਾ, ਇਹੀ ਆਪਣੀ ਅਪੀਲ ਆ ਸਾਰਿਆਂ ਨੂੰ। ਆ ਜਾਓ ਕੋਈ ਗੱਲ ਨਹੀਂ, ਡਟੇ ਵਿਆਂ ਜੋ ਦਿਓ। ਅਤੇ ਹਾਂ ਇੱਕ ਮੈਂ ਹੁਣ ਤੁਹਾਨੂੰ ਮੈਂ ਨਾ ਸਾਰੀ ਆਹ ਦਿਖਾਊਂਗਾ ਕਿ ਵੀਡੀਓ ਬਣਾ ਕੇ ਵੀ, ਤੁਸੀਂ ਜਿਹੜੇ ਕਹਿੰਦੇ ਉੱਥੇ ਤਾਂ ਉਹ ਆ ਹੈ ਹੀ ਨਹੀਂ ਕੋਈ, ਤੁਹਾਨੂੰ ਮੈਂ ਇਕੱਠ ਦਿਖਾਉਣਾ ਇੱਥੇ ਕਿਵੇਂ ਨਜ਼ਰ ਲਾਤੀਆਂ ਲਹਿਰਾਂ ਬਹਿਰਾਂ। ਆਹ ਮੇਰਾ ਸਾਥੀ ਮੈਨੂੰ ਕਹਿੰਦਾ ਕੱਲ੍ਹ ਅਸੀਂ ਰਾਤ ਗੱਲ ਕਰਦੇ, ਕਹਿੰਦਾ ਇਹਦਾ ਵੀ ਮਨ ਜਿਹਾ ਟੁੱਟਿਆ ਪਿਆ, ਕਹਿੰਦਾ ਬਈ ਉਹ ਮੈਨੂੰ ਹੌਸਲਾ ਦਿੱਤਾ, ਮੈਂ ਕਹਿੰਦਾ ਨਹੀਂ ਕੁਛ ਨਹੀਂ ਹੁੰਦਾ, ਤਰਾ ਚੜਾ ਜੇ ਮਾੜੇ ਮੋਟੇ ਆਉਂਦੇ ਰਹਿੰਦੇ, ਕੋਈ ਗੱਲ ਨਹੀਂ ਹੈ, ਆਪਾਂ ਕਾਇਮ ਹੋਵਾਂਗੇ, ਡਟਾਂਗੇ ਅਤੇ ਜਿੱਤ ਕੇ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਦੋਸਤੋ, ਇਹ ਸਭ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਕੀ ਤੁਹਾਨੂੰ ਲੱਗਦਾ ਕਿ ਕਿਸਾਨੀ ਅੰਦੋਲਨ ਲਈ ਸ਼ੁਰੂਆਤ ਤੋਂ ਲੜਨ ਵਾਲਾ ਲੱਖਾ ਸਿਧਾਣਾ, ਜੋ ਕਿ ਸਿੱਧੂ ਨਾਲ ਮਾਨਸਾ ਵਿਖੇ ਰੈਲੀ ਵੀ ਕਰਕੇ ਆਏ, ਉਹ ਭੜਕਾਉਣ ਵਾਲਾ ਕੋਈ ਕੰਮ ਕਰ ਸਕਦੇ ਹਨ ਜਾਂ ਕੋਈ ਹੋਰ ਵੀ ਗੱਲ ਇਸ ਦੇ ਪਿੱਛੇ ਹੋ ਸਕਦੀ ਹੈ? ਸਾਨੂੰ ਆਪਣੀ ਰਾਏ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਇਸ ਦੇ ਨਾਲ ਹੀ ਇੰਸਟਾਗ੍ਰਾਮ ਉੱਪਰ ਵੀ ਵਾਇਰਲ ਪੰਜਾਬੀ ਗਿਆਨ ਨੂੰ ਫੋਲੋ ਜ਼ਰੂਰ ਕਰ ਲੈਣਾ, ਅਤੇ ਜੇਕਰ ਤੁਹਾਡੇ ਕੋਲ ਵੀ ਸਾਡੀ ਵੀਡੀਓ ਲਈ ਕੋਈ ਨਿਊਜ਼ ਹੈ ਤਾਂ ਸਾਨੂੰ ਤੁਸੀਂ ਉੱਥੇ ਦੱਸ ਸਕਦੇ ਹੋ। ਧੰਨਵਾਦ, ਫਿਰ ਮਿਲਾਂਗੇ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ, ਦੇਖਦੇ ਰਹਿਣਾ ਵਾਇਰਲ ਪੰਜਾਬੀ ਗਿਆਨ।